ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਅਕਾਲਗੜ੍ਹ ਮਾਰਕੀਟ ਆਪਾਂ ਖੜੇ ਹਾਂ ਇਸ ਵਕਤ ਲੁਧਿਆਣੇ ਦੇ ਚੌੜੇ ਬਾਜ਼ਾਰ ਚ ਆ ਸਾਹਮਣੇ ਹੈਗੀ ਆ ਅਕਾਲਗੜ੍ਹ ਮਾਰਕੀਟ ਇੱਥੋਂ ਸ਼ੁਰੂ ਹੋ ਜਾਂਦੀ ਹੈ ਤੇ ਸਰਦੀਆਂ ਵਾਲੇ ਜਿਹੜੇ ਕੱਪੜੇ ਲੱਗ ਚੁੱਕੇ ਆ ਦੁਕਾਨਾਂ ਦੇ ਵਿੱਚ ਐਸ ਮਾਰਕੀਟ ਦੇ ਵਿੱਚ ਇੰਨੀ ਕੁ ਭੀੜ ਰਹਿੰਦੀ ਆ ਇੰਨਾ ਕੁ ਜਿਹੜਾ ਮਲਾ ਆਸੇ-ਪਾਸੇ ਲੋਕ ਖੜੇ ਮਿਲਣਗੇ ਤੁਹਾਨੂੰ ਕਿਉਂਕਿ ਦੁਕਾਨਦਾਰ ਵੱਡੇ-ਵੱਡੇ ਆਉਂਦੇ ਇੱਥੇ ਜਿਨ੍ਹਾਂ ਨੇ ਨਵੀਆਂ ਸ਼ਾਪਾਂ ਕਰਨੀਆਂ ਨਵੀਆਂ ਦੁਕਾਨਾਂ ਕਰਨੀਆਂ ਨਵਾਂ ਕੱਪੜੇ ਦਾ ਜਿਹਨੇ ਕੰਮ ਸ਼ੁਰੂ ਕਰਨਾ ਉਹਨਾਂ ਵਾਸਤੇ ਇਹ ਅਕਾਲਗਰ ਮਾਰਕੀਟ ਹੈਗੀ ਆ ਪ੍ਰਾਈਸ ਲਿਖੇ ਪਏ 350 400 250 ਆ ਜਿਹੜੀਆਂ ਕੋਟੀਆਂ ਪਈਆਂ ਇਹਨਾਂ ਦਾ ਰੇਟ 300 ਤੋਂ 350 400 ਰੇਟ ਹੈਗਾ ਵਾ ਇਸ ਮਾਰਕੀਟ ਦੇ ਵਿੱਚ ਸਿੰਗਲ ਪੀਸ ਵਾਲੇ ਵੀ ਜਿਹੜੀਆਂ ਤੁਹਾਨੂੰ ਸ਼ਾਪਾਂ ਮਿਲ ਜਾਣਗੀਆਂ ਤੇ ਜ਼ਿਆਦਾ ਜਿਹੜੇ ਉਹ ਹੋਲ ਸੇਲ ਵੂਲ ਸੇਲ ਦਾ ਕੰਮ ਜਿਨ੍ਹਾਂ ਨੇ ਕਹਿਨ ਦਾ ਭਾਵ ਦੁਕਾਨਾ ਕਰਨੀਆਂ ਇਕੱਠਾ ਕੱਪੜਾ ਚੱਕਣਾ ਉਹਨਾਂ ਵਾਸਤੇ ਜਿਹੜੀ ਇਹ ਮਾਰਕੀਟ ਖਾਸ ਆ ਆ ਜਿਹੜਾ ਕੋਟ ਆ ਇਹ ਤੁਹਾਨੂੰ ਇਸ ਮਾਰਕੀਟ ਦੇ ਵਿੱਚ 400 ਦੇ ਤਕਰੀਬਨ ਜਿਹੜਾ ਮਿਲ ਜੂਗਾ 350 400 ਦਾ ਇਧਰਲੇ ਪਾਸੇ ਪਰਫਿਊਮ ਦੀਆਂ ਦੁਕਾਨਾਂ ਬੈਗ ਕਿੱਟਾਂ ਟੋਪੀਆਂ ਘੜੀਆਂ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਇਸ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਜ਼ਿਆਦਾਤਰ ਮੁੰਡੇ ਜਿਹੜੇ ਕਾਲਜ ਵਾਲੇ ਜਾਂ ਵਿਆਹ ਸ਼ਾਦੀਆਂ ਵਾਸਤੇ ਇਸ ਮਾਰਕੀਟ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਪਹੁੰਚਦੇ ਆ ਆ ਤੁਸੀਂ ਦੇਖ ਸਕਦੇ ਹੋ ਭਾਈ ਐਨਕਾਂ, ਬੈਲਟਾਂ, ਟੋਪੀਆਂ, ਟਾਈਆਂ ਜਾਂ ਕੋਟ ਪੈਂਟ ਦਾ ਕੱਪੜਾ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜੂਗਾ ਤੇ ਇਧਰਲੇ ਪਾਸੇ ਦੇਖੋ ਭਾਈ ਆ ਭਰਿਆ ਹੀ ਪਿਆ ਜਿਹੜਾ ਕੱਪੜਾ ਹੀ ਕੱਪੜਾ ਤੁਹਾਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਨਾ ਇਹਦੂ ਵੀ ਤੇ ਆਹ ਜਿਹੜੀਆਂ ਲੋਰਾਂ ਇਹ 2 200 ਦੀਆਂ ਲੋਰਾਂ ਪਈਆਂ ਇੱਥੇ 200, 250 ਤੇ 300 ਤੱਕ ਪਈ ਲੋਰ ਤੇ ਕਪੜਾ ਪੂਰਾ ਗਰਮ ਜਿਹੜਾ ਸਰਦੀ ਵਾਲਾ ਕਪੜਾ ਪਹੁੰਚ ਚੁੱਕਿਆ ਵਾ ਅਕਾਲ ਗੜ ਮਾਰਕੀਟ ਦੇ ਵਿੱਚ ਜਿਹੜਾ ਗਰਮੀ ਵਾਲਾ ਕਪੜਾ ਸਾਮ ਦਿੱਤਾ ਗਿਆ ਵਾ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਭਾਈ ਇਹਨਾਂ ਦੇ ਪੰਡਾਂ ਦੀਆਂ ਪੰਡਾਂ ਜਿਹੜੀਆਂ ਕੱਪੜੇ ਵਾਲੀਆਂ ਭਰੀਆਂ ਪਈਆਂ ਭਈ ਉਹਨੇ ਤੁਹਾਨੂੰ ਬੰਦੇ ਨਹੀਂ ਦਿਸਣੇ ਕਿ ਭਈ ਜਿੰਨੀਆਂ ਤੁਹਾਨੂੰ ਉੱਥੇ ਪੰਡਾਂ ਪਈਆਂ ਦਿਸਣੀਆਂ ਇੰਨਾ ਕਿ ਇੱਥੇ ਜਿਹੜਾ ਕੱਪੜੇ ਵਾਲਾ ਕੰਮ ਆ ਅਕਾਲ ਗੜ ਮਾਰਕੀਟ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹ ਚੌੜੇ ਬਾਜ਼ਾਰ ਦੇ ਵਿੱਚ ਲੁਧਿਆਣੇ ਆ ਕੇ ਕਿਸੇ ਨੂੰ ਪੁੱਛ ਲੈਣ ਅਕਾਲਗੜ੍ਹ ਮਾਰਕੀਟ ਦੇ ਵਿੱਚ ਜਾਣਾ ਤੱਥੋਂ ਨੂੰ ਇਸ ਮਾਰਕੀਟ ਦੇ ਵਿੱਚ ਜਿਹੜਾ ਆਹ ਦੇਖੋ ਬਈ ਸ਼ਲਟਾਂ ਪਾਈਆਂ ਕਿਵੇਂ ਬੋਰਿਆਂ ਦੇ ਬੂਰੇ ਭਰੇ ਪਏ ਆ ਦੇਖੋ ਇੱਧਰ ਜਿਵੇਂ ਮੰਨ ਲਓ ਪਤਾ ਨਹੀਂ ਕਿੰਨਾ ਕਪੜਾ ਕਿੱਥੋਂ ਇੰਨਾ ਇੰਨਾ ਚੱਕ ਚੱਕ ਲਿਆਉਂਦੇ ਜਿਹੜਾ ਇੱਥੇ ਰੱਖਦੇ ਦੁਕਾਨਾਂ ਦੇ ਮੂਹਰੇ ਹੋ ਸਕਦਾ ਏ ਬਈ ਮੰਨ ਲਓ ਇਹ ਰਾਤ ਨੂੰ ਵੀ ਇਹ ਜਿਹੜਾ ਚੱਕਣ ਲੱਗੇ ਤਕਰੀਬਨ ਇਹਨਾਂ ਨੂੰ 11 12 ਤੱਕ ਚੱਕਣ ਲੱਗੇ ਵਜ ਜਾਂਦੇ ਹੋਣੇ ਆ ਇਹਨਾਂ ਜਿਹੜਾ ਕੱਪੜਾ ਇਹ ਰੱਖੀ ਬੈਠੇ ਆਵਦੀਆਂ ਦੁਕਾਨਾਂ ਦੇ ਮੂਹਰੇ ਕਿਸੇ ਦੀ ਦੁਕਾਨਦਾਰ ਨਹੀਂ ਪਤਾ ਲੱਗਦਾ ਆ ਜਿਹੜੀ ਲੋਰ ਆ ਇਹ 400 4 400 ਦੀਆਂ ਲੋਰਾਂ ਪਈਆਂ ਇੱਥੇ 4 450 ਦੀਆਂ ਵੇਲੋ ਬਈ ਪੂਰਾ ਬ੍ਰਾਂਡਡ ਕੱਪੜਾ ਬਹੁਤ ਵਧੀਆ ਕੱਪੜਾ ਵਾ ਇਹ ਤੁਹਾਨੂੰ ਆਪਾਂ ਥੋੜਾ ਜਿਹਾ ਹੋਰ ਅੱਗੇ ਲੈ ਕੇ ਚਾਲਦੇ ਆਂ ਤੇ ਇੱਥੇ ਆ ਦੇਖ ਲਓ ਬਈ ਕਲਰ ਜਿਹੜੇ ਤੁਹਾਨੂੰ ਸਾਰਿਆਂ ਤਰ੍ਹਾਂ ਦੇ ਕਲਰ ਵਾਈਟ ਬਲੈਕ ਜੋ ਵੀ ਤੁਸੀਂ ਕਲਰ ਲੈਣਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਮਿਲ ਜਾਣਗੇ ਇੱਧਰ ਦੇਖੋ ਬਾਈ ਭਰੇ ਭਏ ਕਨੇ ਖਜਾਨੇ ਸਾਰੇ ਭਰੇ ਭਏ ਬੂਰੇ ਭਰੇ ਭਏ ਆ ਤੇ ਬਾਈ ਇੱਥੇ ਜਿਹਨੇ ਸ਼ੌਪ ਕਰੇ ਕਰਨੀਆਂ ਉਹਦੇ ਵਾਸਤੇ ਤਾਂ ਹੈਗੀ ਆ ਪੂਰੀ ਗੱਲਬਾਤ ਇੱਥੇ ਜਿਹੜੀ ਕਿ ਆਪਾਂ ਮੰਨ ਲਓ ਕਪੜਾ ਆਦੀ ਪਸੰਦ ਦਾ ਲਿਆ ਸਕਦਾ ਜਿਹੜਾ ਤੁਹਾਨੂੰ ਪਤਾ ਵੀ ਅੱਜਕੱਲ ਮੁੰਡੇ ਜਾਂ ਕੁੜੀਆਂ ਜੋ ਵੀ ਲੈਣਾ ਚਾਹੁੰਦੀਆਂ ਤੇ ਉਹ ਤੁਹਾਨੂੰ ਇਸ ਮਾਰਕੀਟ ਦੇ ਵਿੱਚ ਮਿਲ ਜੂਗਾ ਆ ਦੇਖ ਲੋ ਕਾ ਬੋਰਾ ਭਰ ਕੇ ਚੱਕੀ ਲਈ ਜਾਂਦਾ ਤਾਂ ਉਹ ਤੇ ਇਧਰਲੇ ਪਾਸੇ ਦੀ ਆਪਾਂ ਨੰਘ ਕੇ ਦੂਜੇ ਪਾਸੇ ਜਾਂਦੇ ਆ ਤੁਹਾਨੂੰ ਦਿਖਾਉਣੇ ਉਧਰਲੇ ਪਾਸੇ ਤਾਂ ਬਾਹਲਾ ਯਾਰ ਆ ਦੇਖੋ ਇੱਥੇ ਵੇਖੋ ਹੈ ਕਿਸੇ ਪਾਸੇ ਦੀ ਰਾਹ ਦੀਂਦਾ ਆ ਦੇਖੋ ਭਾਈ ਕਿਵੇਂ ਦਾ ਇੱਥੇ ਤੁਹਾਨੂੰ ਵਾਜਾ ਮਾਰਨਗੇ ਆਜੋ ਇਧਰਲੇ ਪਾਸੇ ਦੇਖੋ ਆ ਜਿਹੜਾ ਖਾਲੀ ਥਾਂ ਆ ਜਿਹੜਾ ਭਰਿਆ ਬੈਠਾ ਇਹ ਦੁਕਾਨ ਵਾਲੇ ਆਪ ਦਾ ਆਪ ਦਾ ਥਾਂ ਬਣਾਈ ਬੈਠਿਆ ਦੇਖ ਲਓ ਭਰੇ ਇਧਰਲੇ ਪਏ ਪਾਸੇ ਕੋਟ ਪਏ ਆ ਤੇ ਇੱਥੇ ਪਤਾ ਲੱਗਦਾ ਵੀ ਬੰਦਾ ਕਿੱਥੇ ਖੜਾ ਕਿੱਥੇ ਨਹੀਂ ਖੜਾਗਾ ਇੰਨਾ ਇੱਥੇ ਕਪੜਾ ਜਿਹੜਾ ਮੌਜੂਦ ਆ ਬਾਈ ਹਰ ਪ੍ਰਕਾਰ ਦਾ ਕਪੜਾ ਇੱਥੇ ਪਿਆ ਵਾ ਤੁਸੀਂ ਜਿਹੜਾ ਲੈਣਾ ਚਾਹਣਿਓ ਜਿਹੜੀ ਮਰਜ਼ੀ ਕੁਆਲਿਟੀ ਦਾ ਤੁਹਾਨੂੰ ਘਟੀਆਂ ਤੋਂ ਘਟੀਆਂ ਤੇ ਵਧੀਆ ਤੋਂ ਵਧੀਆ ਵੀ ਮਿਲ ਜੂਗਾ ਬਾਕੀ ਬਾਈ ਲੋਕਾਂ ਨੇ ਬਹੁਤ ਜਿਨ੍ਹਾਂ ਦਾ ਪਾਉਣਾ ਮਹਿੰਗਾ ਜਿਨ੍ਹਾਂ ਦਾ ਪਾਉਣਾ 4-5000 ਆਲਾ ਉਹ ਉਹ ਤਾਂ ਕਹੂਗਾ ਵੀ ਇੱਥੇ ਕੁਝ ਨਹੀਂ ਹੈਗਾ ਕਿਉਂਕਿ ਬਈ ਉਹਨਾਂ ਦੀ ਪਸੰਦ ਦੀ ਚੀਜ਼ ਨਹੀਂ ਤੇ ਜਿਹੜੇ ਮੇਰੇ ਤੇਰੇ ਵਰਗਿਆਂ ਨੇ ਕੋਈ ਅਗਲੇ ਨੇ ਕਹਣਾ ਬਈ ਸਸਤਾ ਵੀ ਮਿਲ ਜੇ ਤੇ ਵਧੀਆ ਵੀ ਮਿਲ ਜੇ ਤੇ ਉਹ ਜ਼ਰੂਰ ਬਾਈ ਗੇੜਾ ਮਾਰਿਆ ਜੋ ਇੱਥੇ ਆਹ ਦੇਖ ਲਓ ਬਾਈ ਇਧਰਲੇ ਪਾਸੇ ਆਹ ਵੇਖੋ ਕਿੰਨੀਆਂ ਪੰਡਾ ਜਿਵੇਂ ਮੰਨ ਲਓ ਇਹ ਕਿਤੇ ਭੇਜਣਾ ਹੁੰਦਾ ਵਾ ਆਹ ਦੇਖੋ ਭਰੇ ਪਏ ਕਿ ਨਹੀਂ ਇਹ ਬੰਡਲਾਂ ਦੇ ਬੰਡਲ ਇੱਥੇ ਕੀ ਕੀ ਕੁਝ ਨਹੀਂ ਮਿਲਦਾਗਾ ਮੈਂ ਆਣਾ ਜਿਹੜਾ ਬੰਦਾ ਆਪ ਕਹਿੰਦਾ ਚਾਹੁੰਦਾ ਨਾ ਬਈ ਸਾਨੂੰ ਨਹੀਂ ਕੁਝ ਮਿਲਦਾਗਾ ਉਹ ਇੱਥੇ ਆ ਜੇ ਉਹਨੂੰ ਲਾਜ਼ਮੀ ਕੋਈ ਨਾ ਕੋਈ ਚੀਜ਼ ਜਿਹੜੀ ਉਹਦੀ ਪਸੰਦ ਦੀ ਜ਼ਰੂਰ ਇੱਥੇ ਮਿਲ ਜੂਗੀ ਆ ਦੇਖੋ ਭਾਈ ਇੱਕ ਦਿਨ ਆ ਮਿਲੂਗੀ ਦੋ ਦਿਨ ਮਿਲੂ ਤਿੰਨ ਦਿਨ ਮਿਲੂਗੀ ਆ ਦੇਖ ਲਓ ਭਰੇ ਪਏ ਆ ਬਈਆ ਕੱਪੜਾ ਤਾਂ ਜਿਹੜਾ ਚੌੜੇ ਬਾਜ਼ਾਰ ਦੇ ਵਿੱਚ ਵੀ ਬਹੁਤ ਪਿਆ ਪਰ ਜਿਹੜਾ ਇਸ ਮਾਰਕੀਟ ਦੇ ਵਿੱਚ ਹੈ ਇਹ ਉਸ ਤੋਂ ਵੀ ਵੱਧ ਆ ਇੱਥੇ ਸੇਲਾਂ ਨਹੀਂ ਲੱਗਦੀਆਂ ਇੱਥੇ ਤੁਹਾਨੂੰ ਵੈਸੇ ਕੱਪੜਾ ਸਸਤਾ ਮਿਲ ਜੂਗਾ ਪਰ ਇਕੱਠਾ ਮਿਲੂਗਾ ਤੇ ਪਰ ਸੇਲਾਂ ਵਾਲਾ ਕੰਮ ਇਸ ਮਾਰਕੀਟ ਦੇ ਵਿੱਚ ਹੈ ਨਹੀਂਗਾ ਕੋਈ ਇੱਕ ਦੋ ਦੁਕਾਨਾਂ ਨੂੰ ਛੱਡ ਕੇ ਕੀ ਕਹਿਣਾ ਭਈ ਸੇਲ ਲੱਗਦੀ ਹੋਊਗੀ ਤੇ ਪਰ ਜ਼ਿਆਦਾਤਰ ਤੁਹਾਨੂੰ ਜਿਹੜਾ ਇਕੱਠਾ ਕੱਪੜਾ ਮਿਲੂਗਾ ਬੈਲਟਾਂ ਬੁਲਟਾਂ ਜੋ ਵੀ ਤੁਸੀਂ ਲੈ ਜਾਣਾ ਚਾਹੁੰਦੇ ਨੇ ਜੋ ਤੁਹਾਡੇ ਮਾਈਂਡ ਚ ਆ ਬਿਹਾ ਅਸੀਂ ਕੱਪੜੇ ਐਵੇਂ ਦੀ ਚੀਜ਼ ਵੇਖਣੀ ਆ ਉਹ ਤੁਹਾਨੂੰ ਲਾਜ਼ਮੀ ਇੱਥੇ ਮਿਲ ਜੂਗੀ ਭਾਈ ਚੈੱਕ ਕਰ ਸਕਦੇ ਹੋ ਦੁਕਾਨਾਂ ਤੇ ਆਸੇ ਪਾਸੇ ਭਰੇ ਪਏ ਆ ਕੀ ਆ ਕੋਟ ਹੋਗੇ ਕੀ ਹੁੱਡੀਆਂ ਹੋਈਆਂ ਕੀ ਲੋਹਰਾ ਹੋਈਆਂ ਗਰਮ ਕੀ ਆ ਬੂਟ ਪਏ ਇੱਥੇ ਗਾਂ ਥੋੜੇ ਆ ਛੋਟੀ ਜੀ ਮਾਰਕੀਟ ਇਹਦੇ ਵਿੱਚ ਬੂਟ ਵੀ ਮਿਲ ਜਾਣਗੇ ਤੁਹਾਨੂੰ ਜੀਨਾ ਜੂਨਾ ਆ ਦੇਖੋ ਬਾਈ ਇੱਥੇ ਪਏ ਆ ਬੂਟ ਇਧਰਲੇ ਸਾਰੇ ਪਾਸੇ ਨਾ ਜ਼ਿਆਦਾਤਰ ਬੂਟਾਂ ਵਾਲੀਆਂ ਦੁਕਾਨਾਂ ਆ ਦੇਖ ਲਓ ਆ ਪਾ ਆ ਪਈਆਂ ਜੀਨਾ ਆ ਪਏ ਬੂਟ ਦੇਖੋ ਬਾਈ ਕੀ ਕੁਛ ਪਿਆ ਵਾ ਇੱਥੇ ਆ ਕੱਪੜੇ ਜਿਹੜਾ ਯਾਰ ਮਰਜੀ ਲਓ ਬਾਈ ਤੇ ਅੱਜ ਦਾ ਜਿਹੜਾ ਵਲੌਗ ਆ ਇਹ ਸਪੈਸ਼ਲ ਉਹਨਾਂ ਲਈ ਆ ਜਿਨ੍ਹਾਂ ਨੇ ਦੁਕਾਨਾਂ ਕਰੇ ਕਰਨੀਆਂ ਨਵੀਆਂ ਦੁਕਾਨਾਂ ਖੋਲਣੀਆਂ ਜਿਨ੍ਹਾਂ ਨੇ ਕੱਪੜਾ ਲੈਣਾ ਤੇ ਉਹਨਾਂ ਲਈ ਇਹ ਵੀਡੀਓ ਆ ਜਰੂਰ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿਵੇਂ ਲੱਗੀ ਵੀਡੀਓ ਬਾਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਅੱਜ ਦਾ ਵਲੌਗ ਆਪਣਾ ਇੱਥੇ ਜਿਹੜਾ ਸਮਾਪਤਾ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ